मतेवाड़ा जंगल एक बार फिर चर्चा च क्यों है? की सचमुच तबाह होवेगा मतेवाड़ा जंगल? आओ जानते हैं मतेवाड़ा दे दर्द की कहानी। मतेवाड़ा जंगल का मुद्दा एक बार फिर छिड़ गया है। कुदरत दे नाल खिलवाड़ ना होण देण वालियां ने एक बार फिर मतेवाड़ा की खूबसूरती नूं बचाउण दा बीड़ा चुक लिया है। लंघी 12 अप्रैल नूं होई एक कॉन्फ्रेंस विच इंजीनियर कपिल अरोड़ा ने कई सवाल चुके ने। हुण नैशनल ग्रीन ट्रिब्यूनल ने मतेवाड़ा दे जंगल दे नेड़े लगभग 957 एकड़ जमीन ते प्रस्तावित उद्योगिक पार्क दे निर्माण ते रोक लगा दित्ती है। NGT वालों 8 अप्रैल नूं जारी हुक्म दे विच एक कमेटी दा गठन कीता गया है। ये कमेटी 2 महीनियां दे विच अपनी रिपोर्ट NGT नूं सौंपेगी। NGT ने जिला मैजिस्ट्रेट नूं कमेटी दा नोडल अफसर नियुक्त करदे होए पंजाब प्रदूषण कंट्रोल बोर्ड, ग्रेटर लुधियाना एरिया डेवलपमेंट अथॉरिटी ते जंगलात विभाग दे अधिकारियों नूं भी शामिल कीता है। कमेटी नूं सतलुज दरिया दे आस पास हड़ां वाले खेतर दे समेत वातावरण नूं होए नुकसान दी रिपोर्ट 2 महीनियां दे अंदर पेश करन लई आख्या गया है। NGT ने यह भी स्पष्ट किया है कि इस खेतर दे विच होण वाले विकास कार्यां करके होए नुकसान लई संबंधित एजेंसी जिम्मेवार होवेगी। आओ मतेवाड़ा जंगल दा मुद्दा समझण लई थोड़ा जिहा पिछे चलदे हां। गल 2020 दी है। उस समय कैप्टन अमरिंदर सिंह पंजाब दे मुख्यमंत्री सन। पंजाब सरकार ने 200 करोड़ की लागत के नाल 2000 एकड़ सरकारी ते पंचायती जमीन ते आधुनिक उद्योगिक पार्क ते एकीकृत उत्पादन क्लस्टर करमवार लई मतेवाड़ा नेड़े ते राजपुरा विखे स्थापित करन लई परवानगी दित्ती सी। ਇਹ ਗੱਲ ਰਾਜਪੁਰਾ ਤੱਕ ਤਾਂ ਠੀਕ ਜਾਪਦੀ ਹੈ, ਪਰ ਮਤੇਵਾੜਾ ਤੇ ਇਸ ਦੇ ਆਸ-ਪਾਸ ਦੇ ਪਿੰਡ ਤੇ ਵਾਤਾਵਰਨ ਪ੍ਰੇਮੀ ਇੱਥੇ ਪਾਰਕ ਬਣਨ ਨੂੰ ਲੈ ਕੇ ਕਾਫੀ ਚਿੰਤਾ ਦੇ ਵਿੱਚ ਨੇ। ਹੁਣ ਸਵਾਲ ਇੱਥੇ ਇਹ ਪੈਦਾ ਹੁੰਦਾ ਆ ਕਿ ਜੇਕਰ ਇੱਥੇ ਪਾਰਕ ਬਣ ਗਿਆ ਤਾਂ ਕੀ ਹੋਵੇਗਾ, ਉਹ ਵੀ ਸਮਝ ਲੈਂਦੇ ਹਾਂ। ਮਤੇਵਾੜਾ ਵਿਖੇ ਸਥਾਪਿਤ ਹੋਣ ਵਾਲਾ ਆਧੁਨਿਕ ਉਦਯੋਗਿਕ ਪਾਰਕ 955.6 ਏਕੜ ਜ਼ਮੀਨ ਉੱਤੇ ਸਥਾਪਿਤ ਹੋਣ ਦੀ ਗੱਲ ਕਹੀ ਗਈ ਹੈ, ਜਿਸ ਵਿੱਚੋਂ 207.7 ਏਕੜ ਪਸ਼ੂ ਪਾਲਣ ਵਿਭਾਗ ਦੇ ਨਾਲ ਸੰਬੰਧਿਤ ਹੈ, 285.1 ਏਕੜ ਮੁੜ ਵਸੇਬਾ ਵਿਭਾਗ, 416.1 ਏਕੜ ਗ੍ਰਾਮ ਪੰਚਾਇਤ ਸੇਖੋਵਾਲ, 27.1 ਏਕੜ ਗ੍ਰਾਮ ਪੰਚਾਇਤ ਸਲੇਮਪੁਰ ਅਤੇ 20.3 ਏਕੜ ਗ੍ਰਾਮ ਪੰਚਾਇਤ ਸੈਲਕਲਾਂ ਦੀ ਹੈ। ਪੰਜਾਬ ਦੇ ਵਾਤਾਵਰਨ ਪ੍ਰੇਮੀਆਂ ਅਤੇ ਕੁਦਰਤ ਨੂੰ ਪਿਆਰ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਸਰਕਾਰ ਨੇ ਬੇਸ਼ੱਕ ਸਪਸ਼ਟ ਕੀਤਾ ਹੈ ਕਿ ਉਦਯੋਗਿਕ ਪਾਰਕ ਜੰਗਲ ਅਧੀਨ ਰਕਬੇ ਦੇ ਵਿੱਚ ਨਹੀਂ ਲਗਾਇਆ ਜਾ ਰਿਹਾ, ਪਰ ਜਿਸ ਜ਼ਮੀਨ ਉੱਤੇ ਉਹ ਉਸਾਰਿਆ ਜਾ ਰਿਹਾ ਉਹ ਸਤਲੁਜ ਦਰਿਆ ਦੇ ਨੇੜੇ ਪੈਂਦੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇੰਡਸਟਰੀ ਅਤੇ ਆਬਾਦੀ ਆਉਣ ਦੇ ਨਾਲ ਸਤਲੁਜ ਦਰਿਆ ਦੇ ਆਸ ਪਾਸ ਦੇ ਇਲਾਕਿਆਂ ਦੇ ਵਿੱਚ ਪ੍ਰਦੂਸ਼ਣ ਬਹੁਤ ਜ਼ਿਆਦਾ ਵੱਧ ਜਾਵੇਗਾ। ਉਹਨਾਂ ਇਹ ਵੀ ਕਿਹਾ ਕਿ ਪਹਿਲਾਂ ਫੋਕਲ ਪੁਆਇੰਟਾਂ ਦੇ ਨਾਮ ਉੱਤੇ ਸਰਕਾਰਾਂ ਨੇ ਜ਼ਮੀਨਾਂ ਐਕਵਾਇਰ ਕੀਤੀਆਂ ਸਨ, ਉੱਥੇ ਕਿੰਨੀਆਂ ਕੁ ਇੰਡਸਟਰੀਆਂ ਆਈਆਂ ਅਤੇ ਕਿੰਨੇ ਕੁ ਲੋਕਾਂ ਨੂੰ ਰੁਜ਼ਗਾਰ ਮਿਲਿਆ ਸਭ ਨੂੰ ਪਤਾ। ਤੁਹਾਨੂੰ ਦੱਸ ਦਈਏ ਕਿ ਮਤੇਵਾੜਾ ਦੇ ਨੇੜੇ ਪਿੰਡ ਸੇਖੋਵਾਲਾ, ਮਤੇਵਾੜਾ, ਸਲੇਮਪੁਰ, ਗੜੀਆਂ, ਸੈਲਕਲਾਂ ਅਤੇ ਕਾਲੇਵਾਲ ਪਿੰਡਾਂ ਦੀਆਂ ਪੰਚਾਇਤਾਂ ਤੋਂ ਐਕਵਾਇਰ ਕਰਕੇ ਪੰਜਾਬ ਨੂੰ ਸਨਅਤੀ ਵਿਕਾਸ ਦੀਆਂ ਲੀਹਾਂ 'ਤੇ ਲਿਆਉਣ ਦੀ ਤਿਆਰੀ ਹੈ। ਇਸ ਵਿੱਚ ਸਭ ਤੋਂ ਵੱਧ ਜ਼ਮੀਨ ਪਿੰਡ ਸੇਖੋਵਾਲਾ ਦੀ ਹੈ, ਪਰ ਸੇਖੋਵਾਲਾ ਪਿੰਡ ਦੇ ਲੋਕ ਬੜੇ ਔਖੇ ਨੇ। ਸਰਕਾਰ ਵੱਲੋਂ ਜੋ ਉਦਯੋਗਿਕ ਪਾਰਕ ਸਥਾਪਿਤ ਕੀਤਾ ਜਾ ਰਿਹਾ ਉਸ ਵਿੱਚ ਸਭ ਤੋਂ ਵੱਧ ਜ਼ਮੀਨ ਸੇਖੋਵਾਲ ਪਿੰਡ ਦੀ ਹੈ। ਇਸ ਪਿੰਡ ਦੀ 416.1 ਏਕੜ ਜ਼ਮੀਨ ਸਰਕਾਰ ਐਕਵਾਇਰ ਕਰਨ ਜਾ ਰਹੀ ਹੈ। ਸਤਲੁਜ ਦਰਿਆ ਦੇ ਕੰਢੇ ਉੱਤੇ ਵਸੇ ਇਸ ਪਿੰਡ ਦੇ ਵਾਸੀ ਦਲਿਤ ਪਰਿਵਾਰਾਂ ਦੇ ਨਾਲ ਸੰਬੰਧ ਰੱਖਦੇ ਨੇ। ਇਸ ਪਿੰਡ ਵਿੱਚ ਰਹਿੰਦੇ ਸਾਰੇ ਲੋਕ ਦਲਿਤ ਭਾਈਚਾਰੇ ਦੇ ਨਾਲ ਸੰਬੰਧਿਤ ਨੇ, ਜਿਨ੍ਹਾਂ ਦੇ ਘਰ ਦਾ ਗੁਜ਼ਾਰਾ ਖੇਤੀਬਾੜੀ ਤੋਂ ਚੱਲਦਾ ਹੈ। ਉਹ ਕਹਿੰਦੇ ਨੇ ਕਿ ਜੇ ਸਾਡੀਆਂ ਜ਼ਮੀਨਾਂ 'ਤੇ ਘਰ ਚਲੇ ਗਏ ਤਾਂ ਅਸੀਂ ਉਜਾੜੇ ਦੇ ਰਾਹ ਪੈ ਜਾਵਾਂਗੇ। ਹੁਣ ਗੱਲ ਕਰਦੇ ਹਾਂ ਕਿ ਸਰਕਾਰ ਇਸ ਬਾਰੇ ਕੀ ਦਲੀਲਾਂ ਦਿੰਦੀ ਹੈ। ਜਿਸ ਸਮੇਂ ਮਤੇਵਾੜਾ ਦਾ ਮਾਮਲਾ ਉੱਠਿਆ ਸੀ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਸਪਸ਼ਟ ਕੀਤਾ ਸੀ ਕਿ ਮਤੇਵਾੜਾ ਜੰਗਲਾਤ ਭੂਮੀ 'ਤੇ ਕੋਈ ਉਦਯੋਗਿਕ ਪਾਰਕ ਨਹੀਂ ਬਣਾਇਆ ਜਾਵੇਗਾ ਅਤੇ ਸੂਬੇ ਦੇ ਵਿੱਚ ਲੋੜੀਂਦੇ ਉਦਯੋਗਿਕ ਵਿਕਾਸ ਲਈ ਸਿਰਫ਼ ਸਰਕਾਰੀ ਅਤੇ ਪੰਚਾਇਤੀ ਜ਼ਮੀਨਾਂ ਦੀ ਵਰਤੋਂ ਕੀਤੀ ਜਾਵੇਗੀ। ਸਰਕਾਰ ਦੇ ਸਪਸ਼ਟੀਕਰਨ ਦੇ ਮੁਤਾਬਕ ਮਤੇਵਾੜਾ ਦੇ 2300 ਏਕੜ ਜੰਗਲੀ ਖੇਤਰ ਦਾ ਕੋਈ ਹਿੱਸਾ ਪ੍ਰਸਤਾਵਿਤ 1000 ਏਕੜ ਦੇ ਵਿਕਾਸ ਦੇ ਵਿੱਚ ਨਹੀਂ ਵਰਤਿਆ ਜਾ ਰਿਹਾ। ਸਰਕਾਰ ਦੇ ਮੁਤਾਬਕ ਪ੍ਰਸਤਾਵਿਤ ਉਦਯੋਗਿਕ ਮਿਕਸਡ ਲੈਂਡ ਯੂਜ਼ ਅਸਟੇਟ ਦੇ ਵਿੱਚ ਪਿੰਡ ਹੈਦਰਨਗਰ, ਸੇਖੋਵਾਲ, ਸਲੇਮਪੁਰ, ਸੈਲਕਿਆਨਾ ਅਤੇ ਮਾਸ਼ੀਆਂ ਕਲਾਂ ਦੀਆਂ ਸਰਕਾਰੀ ਅਤੇ ਪੰਚਾਇਤੀ ਜ਼ਮੀਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ।
ਅਤੇ ਜ਼ਮੀਨ ਮਾਲਕਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇਗਾ। ਸਰਕਾਰ ਸਤਲੁਜ ਸਮੇਤ ਸਾਰੇ ਦਰਿਆਵਾਂ ਨੂੰ ਸਾਫ਼ ਰੱਖਣ ਦੀ ਮਹੱਤਤਾ ਤੋਂ ਭਲੀ ਭਾਂਤੀ ਜਾਣੂ ਹੈ, ਪਰ ਲੋਕਾਂ ਨੇ ਕਿਹਾ ਹੈ ਕਿ ਸਾਨੂੰ ਹੋਰ ਜ਼ਮੀਨਾਂ ਅਲਾਟ ਹੋਣ ਦੀ ਕੋਈ ਵੀ ਜਾਣਕਾਰੀ ਅਜੇ ਤੱਕ ਨਹੀਂ ਹੈ। ਵਾਤਾਵਰਣ ਪ੍ਰੇਮੀ ਤੇ ਐਕਸਪਰਟਸ ਇਹਦੇ ਬਾਰੇ ਕੀ ਕਹਿੰਦੇ ਨੇ ਦੱਸਦੇ ਹਾਂ ਤੁਹਾਨੂੰ। ਵਾਤਾਵਰਣ ਪ੍ਰੇਮੀਆਂ ਦਾ ਕਹਿਣਾ ਹੈ ਕਿ ਸਤਲੁਜ ਦਰਿਆ ਨੇੜੇ ਉਦਯੋਗਿਕ ਪਾਰਕ ਬਣਨ ਦੇ ਨਾਲ ਪ੍ਰਦੂਸ਼ਣ ਜ਼ਿਆਦਾ ਵਧੇਗਾ। ਇਸ ਦਾ ਸਿੱਧਾ ਅਸਰ ਸਤਲੁਜ ਤੇ ਪਵੇਗਾ। ਉਹ ਆਖਦੇ ਨੇ ਕਿ ਅਸੀਂ ਪਹਿਲਾਂ ਹੀ ਉਦਯੋਗਿਕ ਰਹਿੰਦ ਖੂੰਹਦ ਅਤੇ ਸੀਵਰੇਜ ਨੂੰ ਬੁੱਢਾ ਦਰਿਆ ਦੇ ਵਿੱਚ ਪਾ ਕੇ ਸਤਲੁਜ ਦੇ ਵਿੱਚ ਸੁੱਟ ਰਹੇ ਹਾਂ। ਪਿਛਲੇ ਡੇਢ ਦਹਾਕੇ ਦੇ ਵਿੱਚ ਅਸੀਂ ਸਤਲੁਜ ਨੂੰ ਪ੍ਰਦੂਸ਼ਿਤ ਹੋਣ ਤੋਂ ਨਹੀਂ ਰੋਕ ਸਕੇ। ਇੰਡਸਟਰੀਅਲ ਪਾਰਕ ਬਣਨ ਦੇ ਨਾਲ ਸਥਿਤੀ ਹੋਰ ਵੀ ਗੰਭੀਰ ਹੋ ਜਾਵੇਗੀ। ਉਧਰ ਇੰਜੀਨੀਅਰ ਕਪਿਲ ਅਰੋੜਾ ਦਾ ਕਹਿਣਾ ਹੈ ਕਿ ਮੱਤੇਵਾੜਾ ਦੇ ਜੰਗਲ ਪੰਜਾਬ ਦੇ ਫੇਫੜੇ ਨੇ। ਇਸ ਯੋਜਨਾ ਦੇ ਨਾਲ ਇਸ ਜੰਗਲ ਨੂੰ ਖਤਰਾ ਪੈਦਾ ਹੋ ਗਿਆ ਹੈ। 4000 ਏਕੜ ਦੇ ਵਿੱਚ ਫੈਲਿਆ ਮੱਤੇਵਾੜਾ ਜੰਗਲ ਪੰਜਾਬ ਦਾ ਸਭ ਤੋਂ ਵੱਡਾ ਜੰਗਲ ਹੈ, ਜਿੱਥੇ ਕਈ ਕਿਸਮ ਦੀ ਬਨਸਪਤੀ ਹੁੰਦੀ ਹੈ। ਇੰਡਸਟਰੀਅਲ ਪਾਰਕ ਪੂਰੀ ਤਰ੍ਹਾਂ ਮੱਤੇਵਾੜਾ ਜੰਗਲ ਦੇ ਨਾਲ ਲੱਗਦਾ ਹੈ। ਫੈਕਟਰੀਆਂ ਦੇ ਧੂੰਏ ਅਤੇ ਸ਼ੋਰ ਦਾ ਵਾਤਾਵਰਨ 'ਤੇ ਮਾੜਾ ਪ੍ਰਭਾਵ ਪਵੇਗਾ। ਇਸ ਸਮੇਂ ਜਿੱਥੇ ਮੋਰ ਸਾਂਬਰ ਸਮੇਤ ਸੈਂਕੜੇ ਜੰਗਲੀ ਜਾਨਵਰ ਨੇ, ਰਿਹਾਇਸ਼ੀ ਖੇਤਰ ਵਧਣ ਦੇ ਨਾਲ ਜੰਗਲੀ ਜੀਵਾਂ 'ਤੇ ਮਾੜਾ ਪ੍ਰਭਾਵ ਪਵੇਗਾ। ਮਾਛੀਵਾੜਾ ਦਾ ਜੰਗਲ ਵੀ ਇਸੇ ਤਰ੍ਹਾਂ ਖਤਮ ਹੋ ਗਿਆ ਹੈ। ਇਹ ਹੈ ਮੱਤੇਵਾੜਾ ਜੰਗਲ ਦੀ ਕਹਾਣੀ। ਹੋਰ ਕਹਾਣੀਆਂ ਜਾਣਨ ਲਈ ਦੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।